ਵੇਖ ਲਾ ਮੈਂ ਕਦੋਂ ਦੀ ਜਿਹੜੇ ਕੰਮ ਗਈ ਹਾਂ ਤੇ ਮੈਂ ਮੇਰੀ ਉੱਥੇ ਘੜੀ ਲੱਗ ਗਈ ਓ ਕਿੰਨਾ ਟਾਈਮ ਮੈਨੂੰ ਹੋ ਗਿਆ ਗਈ ਨੂੰ ਕਿਤੇ ਇਹਨਾਂ ਨੂੰ ਸ਼ਰਮ ਹੈਗੀ ਦੋਵਾਂ ਜਾਣੀਆਂ ਨੂੰ ਅੰਦਰ ਪੱਖੇ ਛੱਡ ਕੇ ਤੇ ਸੁੱਤੀਆਂ ਹੋਣੀਆਂ ਤੇ ਕੱਪੜਿਆਂ ਦੇ ਰੰਗ ਖਰਾਬ ਹੋਣ ਡਏ ਆ ਕਿਤੇ ਮਾਸਾ ਹੀ ਅਕਲ ਨਹੀਂ ਹੈਗੀ ਦੋਵਾਂ ਚੋਂ ਇੱਕ ਜਾਣੀ ਨੂੰ ਵੀ ਕਿਤੇ ਸਵੇਰ ਦੇ ਕੱਪੜੇ ਪਾਏ ਆ ਵੀ ਕਿਤੇ ਚੁੱਕ ਲਈਏ ਰੰਗ ਖਰਾਬ ਹੋਣ ਡਏ ਆ ਕਿਤੇ ਇੰਨੀ ਇਹਨਾਂ ਸ਼ਰਮ ਸੱਚੀ ਲਾਈ ਆ ਨਾ ਕਿਤੇ ਕੰਮ ਤੇ ਕਰਕੇ ਖੁਸ਼ ਹੀ ਨਹੀਂ ਹੈਗੀਆਂ ਇਹਨਾਂ ਨੂੰ ਦੁਨੀਆ ਨਾਲੋਂ ਬਾਹਰੀ ਗਰਮੀ ਲੱਗਦੀ ਆ ਦੋਵਾਂ ਜਾਣੀਆਂ ਨੂੰ ਬਾਕੀ ਕਿਤੇ ਕਿਸੇ ਨੂੰ ਗਰਮੀ ਲੱਗਦੀ ਆ ਭਲਾ ਕੁਛ ਨਹੀਂ ਹੈ ਨਾ ਇਹਨਾਂ ਨੇ ਅੰਦਰ ਜਾ ਕੇ ਚੰਗੀ ਤਰ੍ਹਾਂ ਇਹਨਾਂ ਦੀ ਸਵਾਰ ਦੀ ਆ ਭੁਗਤ ਹੋਣ ਦੋਵਾਂ ਦੀ ਲੰਮੀ ਪਈ ਸੀ ਕਿ ਮੈਂ ਇਹਨੂੰ ਸਵਾਦਾ ਕੀ ਗੱਲ ਉਹ ਉਧਰ ਲੰਮੀ ਪਈ ਉਹਨੂੰ ਕਹਿ ਦਿੰਦੇ ਹਾਂ ਜੇ ਮੈਂ ਧੋਲਦੇ ਸਵੇਰੇ ਤੇ ਲਾ ਕੇ ਤੇ ਨਾਖੀ ਸਕਦੀ ਨਾ ਤੇ ਤੂੰ ਕਹਿੰਦੀ ਲਿੱਸੀ ਵਾ ਚਲੀ ਜਾ ਤੂੰ ਲਾ ਲੈਂਦੀ ਤੇ ਉਹਦੇ ਵੱਲ ਤੂੰ ਬੜੀ ਛੇਤੀ ਜਾਂਦੀ ਆ ਤੇ ਤੂੰ ਆਪ ਹੀ ਕਰ ਲੈਂਦੀ ਆ ਉਹਨੇ ਸਵੇਰ ਦਾ ਕੀ ਕੀਤਾ ਵਿਹਲੀ ਬੈਠੀ ਉਹਨੇ ਜੇ ਮੈਂ ਉਹਨੂੰ ਕਿਹਾ ਤੇ ਉਹਨੇ ਤੇਰੇ ਵਾਂਗ ਇੱਦਾਂ ਜਵਾਬ ਘਰ ਕਰ ਦੇਣੇ ਆ ਅੱਗੋਂ ਮੈਨੂੰ ਨਹੀਂ ਕੀ ਜਵਾਬ ਘਰ ਕਰ ਦੇਣੇ ਮੰਮੀ ਤੁਹਾਡੇ ਸਾਹਮਣੇ ਮੈਂ ਸਵੇਰ ਦੀ ਕੰਮ ਨੂੰ ਲੱਗੀ ਕੱਪੜਾ ਲੀੜਾ ਧੋ ਕੇ ਨਹਾ ਧੋ ਕੇ ਹਾਏ ਮੈਂ ਕਦੋਂ ਦੀ ਮੈਂ ਮਸ਼ੀਨ ਤੇ ਬੈਠੀ ਆ ਹੁਣ ਮੈਂ ਕਿਹਾ ਚੱਲ ਮੁੰਡੇ ਨੂੰ ਸਵਾਲਾ ਧੁੱਪੇ ਤੁਰਿਆ ਫਿਰਦਾ ਕੰਮ ਤੇ ਮੈਂ ਨਹੀਂ ਹੈ ਹੀ ਬੜਾ ਦੇ ਕਿਤੇ ਨਾ ਥਾਕੀ ਜਾਨੀ ਤੂੰ ਵੀ ਚੁੱਲ੍ਹੇ ਤੇ ਰੋਟੀਆਂ ਪਕਾਉਂਦੀ ਦਾਲਾਂ ਸਬਜ਼ੀਆਂ ਬਣਾਉਂਦੀ ਗੈਸਾਂ ਦੇ ਉੱਤੇ ਸਬਜ਼ੀਆਂ ਭਾਨੀਆਂ ਗੈਸਾਂ ਤੇ ਰੋਟੀਆਂ ਪੱਕ ਦਿੰਦੀ ਕੰਮ ਪਤਾ ਨਹੀਂ ਕਾਹਦਾ ਗੈਸ ਕਿਹੜਾ ਆਪ ਹੀ ਪਕਾ ਦਿੰਦੇ ਹੱਥ ਹਲਾਵਾਂਗੇ ਤੇ ਫੇਰ ਹੀ ਗੈਸ ਤੇ ਰੋਟੀ ਪੱਕਦੀ ਮਸ਼ੀਨ ਦੇ ਵਿੱਚ ਲੀੜੇ ਧੋਪ ਜਾਂਦੇ ਆ ਕੰਮ ਕੰਮ ਹੀ ਹੁੰਦਾ ਰਹਿੰਦਾ ਸਾਰਾ ਦਿਨ ਬਸ ਧੋਦੀ ਜਾਂਦੇ ਹਾਂ ਕਾਲ ਕੇ ਤਾਰਾਂ ਦੇ ਨਹੀਂ ਨਾ ਪੈ ਜਾਂਦੇ ਨਹੀਂ ਚੰਗਾ ਭੈਣਾ ਤੂੰ ਤੇ ਜਵਾਬ ਅੱਗੇ ਘੜਕੇ ਰੱਖੇ ਹੁੰਦੇ ਮੇਰੇ ਵਾਸਤੇ ਆ ਵੀ ਮੈਂ ਕਦੋਂ ਨਹੀਂ ਲੱਗੀ ਆ ਮੈਂ ਕਿਹੜਾ ਆਪ ਸੌਣ ਦੀ ਮੈਂ ਇਹਨੂੰ ਸਮੋਣ ਦੀ ਵੀ ਚਲ ਘੜੀ ਦੁਪਹਿਰੇ ਸੌ ਜੂਗਾ ਟਿਕ ਜੂਗਾ ਉਹ ਕਦੋਂ ਦੀ ਉਧਰ ਪੱਖਾ ਛੱਡ ਕੇ ਆਪ ਸੁੱਤੀ ਐ ਤੇ ਕੀ ਗੱਲ ਉਹਨੂੰ ਨਹੀਂ ਤੁਸੀਂ ਕਹਿ ਸਕਦੇ ਉਹ ਵੀ ਤਾਂ ਤੇਰੀ ਭੈਣ ਹੀ ਆ ਤੇਰੇ ਵਰਗੀ ਆ ਜਿੱਦਾਂ ਤੇਰੀ ਇੰਨੀ ਜ਼ਬਾਨ ਚੱਲਦੀ ਉਹਦੀ ਵੀ ਤਾਂ ਇਦਾਂ ਹੀ ਚੱਲਦੀ ਆ ਮੇਰੀ ਜ਼ਬਾਨ ਤਾਂ ਮੇਰੀ ਨਹੀਂ ਉਹਦੀ ਨਹੀਂ ਵੇਖਦੀ ਉਹਨੂੰ ਭੋਲਿਆ ਜੀ ਗਣਿਆ ਹੋਇਆ ਵੀ ਉਹ ਭੋਲੀ ਹੀ ਆ ਕੰਮ ਤਾਂ ਤੈਨੂੰ ਮੈਂ ਆਖਣ ਨਹੀਂ ਆ ਤੇ ਤੂੰ ਉਹਦੇ ਵੱਲ ਕਿਵੇਂ ਆਣ ਗਈ ਆ ਚੰਗਾ ਮਾਤਾ ਜਾ ਕਹਿ ਦੋ ਉਹਨੂੰ ਜਾ ਕੇ ਗੱਲ ਕਹਿ ਦੋ ਸਹੀ ਕਿਤੇ ਪੁੰਜੇ ਤਾਂ ਪੈਣ ਹੀ ਨਹੀਂਗੀ ਤੇਰੀ ਆ ਵੇਖ ਲਾ ਆਪਣੀ ਦਾਦੀ ਦੇ ਕੰਮ ਆਪਣੇ ਦੁਆਲੇ ਹੁੰਦੀ ਆਣ ਆਣ ਕੇ ਤਾਈ ਤੇਰੀ ਨੂੰ ਨਹੀਂ ਕਹਿ ਸਕਦੀ ਵੀ ਕੱਪੜੇ ਲਾ ਲਾ ਕੱਢੀ ਜਾਂਦਾ ਤੂੰ ਵੀ ਦੰਦ ਨਹੀਂ ਗਏ ਨਿੱਕੇ ਜੇ ਸੁਣ ਲੈ ਨਹੀਂ ਮੈਂ ਤੈਨੂੰ ਕੁੱਟਣੇ ਫੜ ਕੇ ਚੱਲ ਸੋ ਤੇ ਦਾਦੀ ਸਾਡੇ ਦੁਆਲੇ ਹੋ ਜਾਂਦੀ ਆਣ ਕੇ ਹਨਾ ਸੁੱਤੀਆਂ ਰਹਿਣ ਸਾਰੀ ਦੁਪਹਿਰ ਤੇ ਫੇਰ ਇਹ ਬੜੀਆਂ ਕੋਸ਼ਿਸ਼ ਜੇ ਇਹਨਾਂ ਨੂੰ ਕੋਈ ਕੰਮ ਨਾ ਦੱਸੋ ਤੇ ਫੇਰ ਇਹਨਾਂ ਦੇ ਮਸਾ ਮੱਥੇ ਤੇਲੀ ਨਹੀਂ ਆਉਂਦੀ ਜੇ ਕੋ ਇਹਨਾਂ ਨੂੰ ਕਹਿ ਦਿਓ ਅੱਗੋਂ ਇੱਕ ਦਿਨ ਤਿਆਰ ਕਰਕੇ ਸੁਣਾਉਂਦੀਆਂ ਕੀ ਹੋ ਗਿਆ ਮੰਮੀ ਬੜਾ ਡੇ ਬੋਲਣ ਤੇ ਚੀ ਚੀ ਨਿੱਕ ਹੋਣਾ ਕੀ ਆ ਆ ਕੱਪੜੇ ਧੋਪਣਾ ਸੜ ਗਿਆ ਰੰਗ ਉਹਨਾਂ ਦਾ ਸਾਰਾ ਲੱਥ ਗਿਆ ਤੇ ਉਹਨਾਂ ਨੇ ਕਿਹਾ ਵੀ ਤੂੰ ਲਾ ਹੀ ਲਿਆਉਂਦੀਆਂ ਉਹਨਾਂ ਕਈ ਦੇ ਕਈ ਸੁਣਾਈਆਂ ਆਂਦੀ ਉਹ ਜਿਹੜੀ ਉਧਰ ਸੁੱਤੀ ਉਹਨੂੰ ਕਹਿ ਰਹਾ ਨਹੀਂ ਨਾ ਉਹ ਹੀ ਲਿਆਉਂਦੀ ਆ ਦਿੰਦੀ ਉਹ ਮੈਨੂੰ ਤੁਸੀਂ ਮੇਰੀ ਆਵਾਜ਼ ਹੀ ਮਾਰ ਦਿੰਦੇ ਮੈਂ ਵੀ ਨਾ ਇੱਧਰ ਲੰਮੇ ਪੈ ਗਈ ਦਵਾਈ ਜੀ ਖਾਧੀ ਸਿਰ ਨੂੰ ਪੀੜ ਬੜੀ ਹੋਣ ਡਈ ਸੀ ਤੇ ਮੈਂ ਦਵਾਈ ਖਾ ਕੇ ਘੜੀ ਲੰਮੇ ਪੈ ਗਈ ਤੁਸੀਂ ਐਵੇਂ ਇੰਨਾ ਗਰਮ ਹੋਣ ਡਏ ਮੈਂ ਦੋ ਦੋ ਮਿੰਟ ਲੱਗਣੇ ਮੈਂ ਚੱਟ ਕੱਪੜੇ ਲਾ ਲਿਆਉਣੇ ਸੀਗੇ ਤੇ ਫਿਰ ਤੂੰ ਲਾ ਹੀ ਲਿਆਉਂਦੀ ਉਹ ਜੇ ਤੂੰ ਐਡੀ ਸਿਆਣੀ ਤੇ ਮੇਰੇ ਕਹਿੰਦੇ ਜ਼ਰੂਰੀ ਲਾ ਕੇ ਲਿਆਉਣੇ ਮੈਨੂੰ ਪਤਾ ਨਹੀਂ ਸਰੀਰ ਜਿਹਾ ਨਹੀਂ ਠੀਕ ਜਿਹਾ ਅੱਜ ਨਾ ਐਵੇਂ ਜਿੱਦਾਂ ਨਾ ਬੀਪੀ ਜਿਹਾ ਘਟਿਆ ਹੁੰਦਾ ਵਾ ਕੁਛ ਨਹੀਂ ਹੋਇਆ ਵਿਹਲਿਆਂ ਦੇ ਸਰੀਰਾਂ ਨੂੰ ਬਿਮਾਰੀਆਂ ਹੀ ਲੱਗਣੀਆਂ ਵਾ ਬਿਮਾਰ ਹੀ ਹੋਣਾ ਵਿਹਲਿਆਂ ਹੋਰ ਕੀ ਹੋਣਾ ਜੇ ਕੋਈ ਕੰਮ ਨਹੀਂ ਧੰਦਾ ਨਹੀਂ ਕਰਨਾ ਪਰ ਮੰਮੀ ਸਾਰਾ ਦਿਨ ਦੇ ਹੋ ਗਿਆ ਕਦੀ ਭਾਂਡੇ ਮਾਂਜ ਕਦੀ ਲੀਰਾਂ ਲਾ ਕਦੀ ਪੋਚੇ ਲਾ ਉਹਦੀ ਤਾਂ ਮੈਡਮ ਨੂੰ ਕਿਤੇ ਸਾਰੀ ਦਿਹਾੜੀ ਮਸ਼ੀਨ ਤੋਂ ਨਹੀਂ ਫੁਰਸਤ ਹੈ ਸਾਰਾ ਘਰ ਤਾਂ ਮੈਂ ਹੀ ਕਰਦੀ ਹਾਂ
ਨਹੀਂ ਚੰਗਾ ਭੈਣਾ, ਤੁਸੀਂ ਤਾਂ ਦੋਵੇਂ ਬੜੀਆਂ ਬਿਜੀ ਜੇ ਤੇ ਮੈਂ ਹੀ ਵਿੱਚ ਤੁਹਾਡੇ ਵਿਹਲੀ ਹਾਂ। ਜਾ ਮੈਨੂੰ ਪੰਜ ਦਾ ਘੁੱਟ ਲਿਆ ਕੇ ਤੇ ਦੇ। ਕੀ ਕਰਨ ਦੀ ਆ? ਕਾਣੀ ਦੀ ਟੀਵੀ ਵੇਖਣ ਦਈ ਆ। ਕੀ ਗੱਲ ਇੰਨੀ ਸੜੀ ਦਾ ਤੋਂ? ਸੜੀ ਨਾ ਪਵਾਂ ਤੇ ਹੋਰ ਕੀ ਪਵਾਂ? ਕੀ ਆ? ਮੰਮੀ ਆ, ਮੈਂ ਸਵੇਰੇ ਕੱਪੜੇ ਧੋਤੇ, ਸੁੱਕਣੇ ਪਾਏ, ਸਾਰਾ ਕੁਝ ਕੀਤਾ। ਤੇ ਜੇ ਮੰਮੀ ਧੁੱਪੋਂ ਦੋ ਕੱਪੜੇ ਲਾ ਹੀ ਲਈ ਆ, ਤੇ ਮੰਮੀ ਕਿਹੜਾ ਸਕੱਲਾ ਸਨਾ ਸਨਾ ਹੀ ਮਾਰਤਾ? ਮੰਮੀ ਕਿਹੜਾ ਲਿਸੀ ਹੋ ਚਲੀ ਜੇ ਦੋ ਕੱਪੜੇ ਲਾ ਲਿਆ ਤੇ? ਪਹਿਲਾਂ ਜੇ ਮੈਨੂੰ ਛੱਤੀ ਗੱਲਾਂ ਸੁਣਾਈਆਂ, ਫਿਰ ਉਧਰ ਜਾ ਕੇ ਦੀਦੀ ਦੇ ਦੁਆਲੇ ਹੋ ਗਈ। ਉਹ ਚੱਲ ਕੋਈ ਨਹੀਂ, ਪਤਾ ਤਾਂ ਹੈਗਾ ਮੰਮੀ ਨੇ ਸੁਭਾਅ ਦਾ, ਕੋਈ ਗੱਲ ਨਹੀਂ ਜੇ ਕਹਿਤਾ ਕੋਈ ਗੁੱਸਾ ਨਹੀਂ ਕਰੀਦਾ। ਨਹੀਂ ਕੀ ਗੱਲ, ਮੰਮੀ ਦੇ ਸੁਭਾਅ ਦੇਖੀ ਹੈ, ਮੰਮੀ ਇੰਨਾ ਵੱਧ ਘੱਟ ਬੋਲਦੀ ਆ, 24 ਘੰਟੇ ਘੜੂਸਾ ਹੀ ਛੱਡਦੀ ਰਹਿੰਦੀ ਆ। ਪਹਿਲੀ ਗੱਲ ਨਾ ਮੈਂ ਕਿਸੇ ਨੂੰ ਵੱਧ ਘੱਟ ਕਹਿੰਦੀ ਆ ਤੇ ਨਾ ਕੋਈ ਮੈਨੂੰ ਕਵੇ। ਯਾਰ ਇਹ ਤੇ ਗੁੱਸੇ ਵਾਲੀ ਕਿਹੜੀ ਗੱਲ ਆ, ਉਹ ਦੀਦੀ ਨੂੰ ਕਹਿੰਦੀ ਆ, ਉਹਨਾਂ ਨੇ ਕਦੀ ਇਦਾਂ ਦੀ ਗੱਲ ਕੋਈ ਕੀਤੀ ਨਹੀਂ ਆ। ਦੀਦੀ ਤਾਂ ਆਰਾਮ ਨਾਲ ਪੱਖਾ ਛੱਡ ਕੇ ਸੁੱਤੀ ਆ, ਖੁਦੜਾ ਮੈਂ ਮਸ਼ੀਨ ਤੇ ਬੈਠੀ ਤੇ 5 ਮਿੰਟ ਮੈਂ ਚੱਲ ਲੰਮੀ ਪਹਿਲਾਂ, ਉਹ ਵੀ ਮੈਂ ਮੁੰਡੇ ਨੂੰ ਸਵਾਉਣ ਦੀ ਸੀ, ਮੇਰੇ ਦੁਆਲੇ ਹੋ ਗਈ, ਏਸੀ ਛੱਡ ਕੇ ਪਈਆਂ ਆ ਪਈਆਂ, ਤੇ ਕੀ ਗੱਲ ਆ ਜੇ ਏਸੀ ਲਾਇਆ ਵੇਖਣ ਨੂੰ ਲਾਇਆ, ਜੋ ਰੋਜ਼ ਛੱਡ ਕੇ ਆਪਣੇ ਕਮਰੇ ਚ ਉਹ ਤਾਂ ਵੇਖਦਾ ਨਹੀਂ ਹੈ। ਉਹ ਚੱਲ ਕੋਈ ਗੱਲ ਨਹੀਂ, ਚੰਗਾ ਇਹਨੀ ਗਰਮ ਨਾ ਹੋ, ਕੱਪੜੇ ਲਾ ਲੈਣੇ, ਕੱਪੜੇ ਲਾਉਂਦੇ ਮਹੀਨਾ ਲੱਗਣਾ ਹੈ, 5 ਮਿੰਟ ਲੱਗਣੇ। ਆਹ ਤਾਂ ਮੰਮੀ ਲਿਸੀ ਹੋ ਗਈ, ਜਦੋਂ ਕੱਪੜੇ ਲਾ ਹੀ ਲਈ ਆ, ਤੇ ਜੇ ਤੁਸੀਂ ਉਧਰੋਂ ਬਾਹਰੋਂ ਆਉਣੀ ਤੇ ਕੱਪੜੇ ਲਾ ਲਏ ਤੇ ਕੋਈ ਵੱਡੀ ਵੱਡੀ ਗੱਲ ਵੀ ਨਹੀਂ, ਬੰਦੇ ਨੇ ਲਾਏ ਤੇ ਚੁੱਪ ਕਰਕੇ ਰੱਖ ਆਵੇ ਅੰਦਰ। ਚੱਲ ਕੋਈ ਸੁਣਾਉਣਾ ਜ਼ਰੂਰੀ, ਮੰਮੀ ਨੂੰ ਮੈਂ ਕਹਿ ਦੂੰਗਾ, ਨਹੀਂ ਤੈਨੂੰ ਕਹਾਂਗੀ। ਚੰਗਾ ਤੂੰ ਆਪਣਾ ਕੰਮ ਕਰਦੀ ਰਿਹਾ, ਚੁੱਪ ਕਰਕੇ ਤੈਨੂੰ 20 ਹਜ਼ਾਰ ਕਿਹਾ ਵੀ ਤੂੰ ਆਰਾਮ ਨਾਲ ਆਪਣਾ ਕੰਮ ਕਰੇਗਾ, ਕੋਈ ਮਤਲਬ ਨਾ ਰੱਖਿਆ ਕਰ ਤੀਜੇ ਬੰਦੇ ਨਾਲ, ਚੰਗਾ ਜੋ ਮਰਜ਼ੀ ਕਹਿੰਦਾ ਰਵੇ। ਕਿੱਦਾਂ ਨਾ ਬੋਲਾਂ, ਜਦੋਂ ਅਗਲਾ ਸਿਰ 'ਚ ਜਾਣ ਜਾਣ ਛਿੱਤਰ ਮਾਰੇ ਨਾ, ਕਰਦਿਆਂ ਕਤਰੇ ਸਿਰ 'ਚ ਸਵਾਹ ਪਵੇ ਤੇ ਫਿਰ ਹੀ ਚੁੱਪ ਰਿਹਾ ਜਾਂਦਾ, ਫਿਰ ਬੋਲਣਾ ਹੀ ਪੈਂਦਾ ਵਾ। ਤੇ ਫਿਰ ਲੜਨਾ ਹੁਣ, ਲੜਾਈ ਕਰੀਏ ਮੰਮੀ ਨਾਲ? ਲੜਾਈ ਕਰੀਏ ਨਾਲੇ, ਮੈਂ ਪਿੰਡ ਨੂੰ ਜਾਣਾ ਵਾ, ਮੈਂ ਸੂਟ ਲੈਣੇ, ਮੈਨੂੰ ਪੈਸੇ ਦਿਓ। ਸੂਟ ਲੈਣੇ? ਸੂਟ ਦੇ ਕੋਲ ਬਥੇਰੇ ਪਏ ਆ, ਲੈ ਜੀ। ਮੇਰੇ ਕੋਲ ਕੋਈ ਸੂਟ ਨਹੀਂ ਹੈਗਾ ਚੱਜ ਦਾ, ਹੁਣ ਮੈਂ 4 ਦਿਨ ਰਹਿਣ ਜਾਣਾ, ਮੈਂ 4-5 ਸੂਟ ਬਣਾ ਕੇ ਲਿਆਉਣੇ ਤੇ ਨਾਲੇ ਮੇਰੇ ਨਾਲ ਚੱਲੋ। ਸੂਟ ਮੇਰੀ ਗੱਲ ਸੁਣ ਲਾ, ਵੀ ਮੰਮੀ ਲਿਆਉਂਦੀ ਨਹੀਂ ਬਣਾ ਕੇ, ਮੰਮੀ ਨੇ ਲੈ ਉਹਨੂੰ ਕਹਿ ਦੇ, ਉਹਨੇ ਲਿਆ ਕੇ ਦੇਣੇ ਆ, ਆਪਾਂ ਨੇ ਕਦੀ ਗਏ ਕੋਈ ਨਹੀਂ, ਨਾ ਕਦੀ ਉਹ ਭਾਬੀ ਗਈ ਵਿਚਾਰੀ ਲੈਣ। ਆ ਵੀ ਜਦੋਂ ਦੀ ਮੈਂ ਆਈ ਆ, ਮੰਮੀ ਨੇ ਲਿਆਂਦੇ ਪਾਉਂਦੀ ਆ, ਆ ਮੈਂ ਮੰਮੀ ਕਿੱਦਾਂ ਦੇ ਲਿਆ ਕੇ ਦਿੰਦੀ ਕੱਪੜੇ, ਹਲਕੇ ਫੁਲਕੇ ਚੁੱਕ ਲਿਆਉਂਦੀ ਆ, ਧੋ ਮਗਰੋਂ ਪਈ ਦਾ ਰੰਗ ਉੱਤਰ ਕੇ ਪਹਿਲਾਂ ਹੋ ਜਾਂਦਾ। ਮੇਰੀ ਗੱਲ ਸੁਣ, ਸਾਰਾ ਖਰਚਾ ਵਰਚਾ ਜੋ ਘਰ ਦੀ ਜ਼ਿੰਮੇਵਾਰੀ ਸਾਰੀ ਮੰਮੀ ਕੋ ਆ, ਤੇ ਉਹਨੇ ਕੱਪੜੇ ਲਿਆ ਕੇ ਦੇਣੇ, ਉਦੋਂ ਮੈਂ ਕਹਿ ਦਊਂਗਾ, ਤੇਰਾ ਸੁਨਾਹ ਦੇ ਦਊਂਗਾ, ਤੇ ਪਤਾ ਨਹੀਂ ਹੁਣ ਮੈਨੂੰ ਗਾੜੀ ਦਾ ਹੋਵੇ ਖੜੇ ਤੇ ਨਵੇਂ ਨਾ ਖੜੇ ਨਾਲ। ਨਹੀਂ ਕੀ ਗੱਲ ਆ, ਮੈਂ ਆਪਣੀ ਪਸੰਦ ਦੇ ਨਹੀਂ ਕੱਪੜੇ ਪਾ ਸਕਦੀ, ਮੈਂ ਆਪਣੀ ਮਰਜ਼ੀ ਦੇ ਅੜਕੇ ਸੂਟ ਲਿਆਉਣੇ, ਮੈਂ ਮੰਮੀ ਦੀ ਪਸੰਦ ਦੇ ਨਹੀਂ ਲਿਆਉਣੇ। ਤੇ ਰਹੀ ਗੱਲ ਦੀਦੀ ਦੀ, ਦੀਦੀ ਨੂੰ ਕਿਹੜਾ ਪਤਾ ਲੱਗਦਾ, ਜਿੱਦਾਂ ਦੇ ਵਿੰਗੇ ਟੇਢੇ ਲਿਆ ਤੇ ਉਹਨੇ ਤਾਂ ਪਾ ਹੀ ਲੈਣੇ ਆ, ਉਹਨੂੰ ਬੜਾ ਪਤਾ ਵਾ ਵੀ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ ਆ। ਮੈਂ ਅੜਕੇ ਆਪਣੀ ਮਰਜ਼ੀ ਦੇ ਕੱਪੜੇ ਲਿਆਉਣੇ, ਮੈਂ ਤੁਹਾਨੂੰ ਦੱਸਤਾ ਹੀ। ਮੇਰੀ ਗੱਲ ਸੁਣ, ਤੁਸੀਂ ਦੋਵੇਂ ਜਾਣੀਆਂ ਮੰਮੀ ਦੇ ਨਾਲ ਚੱਜੀ ਹੋਣ, ਉਹ ਵੀ ਲੈ ਲੂਗੀ ਆਪਣੇ ਮਨ ਪਸੰਦ ਦੇ, ਤੂੰ ਵੀ ਲੈ ਲਈ। ਉਹਦਾ ਮੈਨੂੰ ਕੀ ਪਤਾ ਨਹੀਂ ਅਗਲੀ ਨੇ ਲੈਣੇ ਕੱਪੜੇ ਹਜੇ ਕਿ ਨਹੀਂ ਲੈਣੇ, ਪਰ ਮੈਂ ਲੈਣੇ ਆ, ਤੁਹਾਨੂੰ ਪਤਾ ਵੀ ਮੈਂ ਜਾਣਾ ਵਾ, 4 ਦਿਨ ਰਹਿਣ ਜਾਣਾ ਮੈਂ, ਮੈਂ ਠੇਕਾ ਨਹੀਂ ਲੱਗੀ ਜੇ ਤੁਹਾਡੇ ਕੰਮ ਕਰੀ ਜਾਵਾਂ, ਮੈਂ 4 ਦਿਨ ਕਿਤੇ ਜਾਵਾਂ ਮਰਾਂ ਵੀ ਨਾ। ਗੁੱਸੇ ਕਾਹਤੋਂ ਜਾਣੀ ਆ, ਲੈਣੀ ਕੱਪੜੇ, ਆਰਾਮ ਨਾਲ ਗੱਲ ਕਰ ਲਾ। ਆਰਾਮ ਨਾਲ ਗੱਲ ਕਿਉਂ ਕਰਾਂ, ਮੇਰੇ ਤੋਂ ਨਹੀਂ ਹੁੰਦੀ ਆਰਾਮ ਨਾਲ ਗੱਲਾਂ, ਆਰਾਮ ਨਾਲ ਗੱਲਾਂ ਕਰਕੇ ਵੀ ਸਿਰ ਛਿੱਤਰੀ ਖਾਣੀ ਆ, ਜੇ ਬੋਲੋ ਬੋਲੂਗੀ ਤਾਂ ਵੀ ਸਿਰ ਛਿੱਤਰੀ ਪੈਣੇ ਆ। ਛਿੱਤਰ ਪੈਣੇ ਕੋਲ ਨਹੀਂ ਹਾਲ ਤੁਹਾਡਾ ਵੀ, ਬੁੜੀਆਂ ਦਾ ਵੀ ਔਖਾ ਹੀ ਆ, ਮਾੜੀ ਜੀ ਗੱਲ ਤੇ ਮੂੰਹ ਵੱਟ ਲੈਣਾ ਹੁੰਦਾ ਸਿੱਧੀਆਂ। ਮੂੰਹ ਵੱਟੇ ਨਾ ਬੰਦਾ ਹੋਰ ਕੀ ਕਰੇ, ਕਿਤੇ ਚੀਜ਼ ਨਹੀਂ ਲਿਆਉਣੀ, ਮੰਮੀ ਨੂੰ ਪੁੱਛ ਲਾ, ਮੰਮੀ ਕੋ ਪੁੱਛ ਲਾ, ਮੰਮੀ ਕੋ ਸਾਰੀ ਉਮਰ ਪੁੱਛ ਪੁੱਛ ਤੁਰੇ ਚੱਲੀਏ, ਨਾਲੇ ਮੰਮੀ ਅਸੀਂ ਨਿੱਕੇ ਨਿੱਕੇ ਨਿਆਣੇ ਨਾ ਵੀ ਮੰਮੀ ਦੀ ਪਸੰਦ ਦੀਆਂ ਚੀਜ਼ਾਂ ਪਾਈਏ, ਸਾਨੂੰ ਬੜਾ ਲੈਣੀ ਨਹੀਂ ਆਉਂਦੀ, ਆਪਣੀ ਮਰਜ਼ੀ ਦੇ ਕੱਪੜੇ ਲਿਆਉਣੇ ਆ ਅੱਗੇ, ਵੇਖਿਓ ਸਹੀ ਕਹੀ ਨਹੀਂ ਨਾ ਜਾਣਾ। ਮੰਮੀ ਮੰਮੀ ਕਿਉਂ, ਕੀ ਗੱਲ ਆ, ਧੁੱਪੇ ਪਏ ਆ? ਧੁੱਪੇ ਤਾਂ ਨਹੀਂ ਪਈ, ਮੈਂ ਤੇ ਆ ਛਾਵੇਂ ਪਈ ਆ, ਦਰਖਤਾਂ ਦੀ ਬੜੀ ਵਧੀਆ ਹਵਾ, ਤੇ ਚੱਲ ਵਧੀਆ ਆਉਂਦੀ ਆ।
ਤੇ ਮੰਮੀ ਏਦਾਂ ਕਰੋ ਮੈਨੂੰ ਪੈਸੇ ਦਿਓ, ਮੈਂ ਸੂਟ ਲਿਆਉਣੇ ਆਪਣੇ। ਨਹੀਂ ਸੂਟ ਤੈਨੂੰ ਕੱਲੀ ਨੂੰ ਚਾਹੀਦੇ ਆ, ਉਹ ਦੂਜੀ ਨੂੰ ਸੂਟ ਨਹੀਂ ਚਾਹੀਦੇ, ਮੈਨੂੰ ਨਹੀਂ ਚਾਹੀਦੇ। ਤੇ ਤੁਸੀਂ ਵੀ ਲੈ ਆਓ ਤੇ ਤੁਸੀਂ ਮੈਨੂੰ ਪੈਸੇ ਦੇ ਦਿਓ, ਮੈਂ ਆਪਣੇ ਲੈ ਆਉਂਦੀ ਹਾਂ, ਬਾਹਲੀ ਗੱਲ ਮੈਂ ਤੁਹਾਡੇ ਵੀ ਲਿਆਉਂਗੀ। ਤੂੰ ਬੜੀ ਚਲਾਕ ਵਾ, ਇਹ ਤੇ ਗੱਲ ਕਦੀ ਵੀ ਨਹੀਂ ਬਣ ਸਕਦੀ, ਤੈਨੂੰ ਮੈਂ ਪੈਸੇ ਕਿੱਦਾਂ ਦੇ ਦਾਂ, ਮੈਂ ਤੁਹਾਨੂੰ ਦੋਵਾਂ ਨੂੰ ਸੂਟ ਲਿਆ ਕੇ ਦਾਂਗੀ। ਮੰਮੀ ਮੈਂ ਲਿਆਉਣੇ ਆਪਣੀ ਪਸੰਦ ਦੇ ਕੱਪੜੇ, ਰਹੀ ਗੱਲ ਤੁਹਾਡੇ ਕੱਪੜੇ ਲਿਆਉਣ ਦੀ, ਜੇ ਤੁਸੀਂ ਲਿਆ ਕੇ ਦੇਣਾ ਦੀਦੀ ਨੂੰ ਲਿਆ ਦਿਓ, ਉਹਨੂੰ ਤਾਂ ਕੋਈ ਇੰਨਾ ਪਤਾ ਨਹੀਂ ਲੱਗਦਾ ਹੈਗਾ, ਉਹ ਕਿਹੜਾ ਇੱਡੀ ਪੜ੍ਹੀ ਲਿਖੀ ਆ। ਮੈਂ ਲੈਣੇ ਚੱਜ ਸਵਾਦ ਦੇ ਸੂਟ, ਮੈਂ ਨਹੀਂ ਤੁਹਾਡੇ ਲਿਆਉਣੇ ਸੂਟ ਪਾਉਣੇ, ਤੁਸੀਂ ਬੜੇ ਰੰਗ ਲਿਆਉਂਦੇ ਆ, ਮੈਂ ਕੱਪੜੇ ਦਾ ਰੰਗ ਨਾ ਢੰਗ ਫਿੱਕੇ ਫਿੱਕੇ ਸੂਟ ਲਿਆਉਂਦੇ ਚੱਕ ਕੇ। ਅੱਛਾ ਇਹਦਾ ਮਤਲਬ ਵੀ ਤੂੰ ਜ਼ਿਆਦਾ ਪੜ੍ਹੀ ਲਿਖੀ ਸਾਡੇ ਘਰ 'ਚ ਆ ਗਈ ਆ, ਅਤੇ ਅਸੀਂ ਇੱਦਾਂ ਹੀ ਤੁਰੇ ਫਿਰਦੇ ਇੰਨੇ ਚਿਰ, ਅਤੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਸਾਨੂੰ ਤਾਂ ਜ਼ਮਾਨੇ ਦੀ ਲੋਹੀ ਕੋਈ ਨਹੀਂ ਗੀ। ਮੰਮੀ ਮੈਨੂੰ ਬਹੁਤੀਆਂ ਥੋੜ੍ਹੀਆਂ ਗੱਲਾਂ ਦਾ ਨਹੀਂ ਪਤਾ, ਮੈਂ ਜਾਣਾ ਵਾ ਆਪਣੇ ਪਿੰਡ, ਸਿੱਧੀ ਜਿਹੜੀ ਗੱਲ ਆ, ਅਤੇ ਮੈਂ 4-5 ਸੂਟ ਲਿਆਉਣੇ ਆ, ਅਤੇ ਮੈਨੂੰ ਪੈਸੇ ਦਿਓ, ਮੈਂ ਆਪਣੀ ਪਸੰਦ ਦੇ ਐਡ ਕੇ ਸੂਟ ਲਿਆਉਣੇ, ਮੈਂ ਨਹੀਂ ਐਡ ਤੁਹਾਡੀ ਮਰਜ਼ੀ ਨਾਲ ਸੂਟ ਪਾਉਣੇ ਲਿਆ। ਮੈਂ ਤੁਹਾਨੂੰ ਦੋਵਾਂ ਨੂੰ ਲਿਆ ਕੇ ਦੇਣੇ ਆ, ਠੀਕ ਆ ਨਾ, ਮੇਰੇ ਲਿਆਉਂਦੇ ਤੈਨੂੰ ਵੀ ਪਸੰਦ ਕਰਨੇ ਪੈਣੇ, ਉਹਨੂੰ ਮੈਂ ਜਿੱਦਾਂ ਦੇ ਲਿਆਦਾ ਉੱਦਾਂ ਦੇ ਪਾ ਲੈਂਦੀ ਆ, ਤਾਂ ਤੂੰ ਪਤਾ ਨਖਰੇ ਨਾ ਕਰ ਕਰਕੇ ਦੱਸ ਮੈਨੂੰ। ਗੱਲ ਤਾਂ ਫਿਰ ਉੱਥੇ ਆਉਂਦੀ, ਉਹਨੂੰ ਕਿਹੜਾ ਇੰਨਾ ਪਤਾ ਲੱਗਦਾ ਵਾ, ਤਾਂ ਉਹ ਪਾ ਲੈਂਦੀ ਆ, ਅਤੇ ਮੈਨੂੰ ਤੁਹਾਨੂੰ ਮੈਂ ਦੱਸਤਾ ਮੈਂ ਐਡ ਕੇ ਆਪਣੀ ਪਸੰਦ ਦੇ ਹੀ ਕੱਪੜੇ ਲਿਆਉਣੇ ਆ। ਤੂੰ ਬਹੁਤੀ ਮੈਡਮ ਨਾ ਬਣ ਬਣ ਕੇ ਬਹਿ, ਠੀਕ ਹੈ ਨਾ, ਉਹ ਤਾਂ ਕਿਤੇ ਦੁੱਖੀ ਦਾ ਕੰਮ ਨਹੀਂ ਕਰਦਾ, ਪੈਸੇ ਤੋਂ ਐਡੇ ਟੋਰ ਨਾ ਮੰਗਦੀ ਆ। ਕਿਉਂ ਨਹੀਂ ਮੰਮੀ ਕਰਦੇ, ਜਿੰਨੇ ਯੋਗੇ ਹੈਗੇ ਉਹ ਵੀ ਕੰਮ ਕਰਦੇ ਆ, ਅਤੇ ਮੈਂ ਵੀ ਸਾਰੀ ਦਿਹਾੜੀ ਟੁੱਟ ਟੁੱਟ ਮਾਰਦੀ ਹਾਂ, ਸਾਰੀ ਦਿਹਾੜੀ ਮੈਂ ਸਵਾਈ ਕਰਦੀ ਰਹਿੰਦੀ ਹਾਂ, ਕੀ ਗੱਲ, ਅਸੀਂ ਭਲਾ ਦੋਵੇਂ ਜੀ ਕਦੇ ਕੰਮ ਨਹੀਂ ਕਰਦੇ? ਇੰਨੇ ਕੁ ਕੰਮ ਦੀ ਅੜੀ ਆ ਕਿਹੜੀ ਗੱਲ ਆ, ਇੱਕ ਤੂੰ ਰਹਿੰਦੀ ਤੇ ਸਵਾਈ ਦੇ ਸਿਰ ਤੇ ਹੀ ਆ, ਹੋਰ ਤੂੰ ਕਰਦੀ ਵੀ ਕੀ ਆ ਸਾਰੇ ਦਿਨ 'ਚ? ਕਿਉਂ ਨਹੀਂ ਕਰਦੀ, ਸਵੇਰ ਨੂੰ ਮੈਂ ਰੋਟੀ ਪਾਣੀ ਮੈਂ ਕਰਦੀ, ਕੱਪੜਾ ਲੀੜਾ ਮੈਂ ਧੋਨੀ, ਇੱਕ ਸਫਾਈਆਂ ਹੀ ਉਹ ਕਰਦੀ ਆ। ਨਹੀਂ ਭੈਣਾ ਲੜਾਈ ਨਾ ਕਰ, ਅਤੇ ਨਾ ਮੈਂ ਲੜਾਈ ਕਰਨੀ ਆ, ਜਿਹੜੀ ਮਾਂ ਹੁੰਦੀ ਆ ਨਾ ਉਹਦੇ ਵਾਸਤੇ ਸਾਰੇ ਧੀਆਂ ਪੁੱਤ ਇੱਕੋ ਜਿਹੇ ਹੁੰਦੇ ਆ, ਹੁਣ ਮੈਂ ਤੈਨੂੰ ਵੱਖਰੇ ਬੋਬਾ ਦੇ ਦਾਂ, ਤੂੰ ਆਪਣੇ ਲਿਆਇਆ ਉਹਨੂੰ ਮੈਂ ਲਿਆ ਕੇ ਦੇਵਾਂ, ਏਦਾਂ ਘਰ 'ਚ ਇੱਕ ਪੱਤ ਨਹੀਂ ਪੈਣਾ। ਪਰ ਮੰਮੀ ਤੇਰੇ ਵਾਸਤੇ ਇੱਕੋ ਜਿਹੇ ਨਹੀਂ ਨਾ ਹੈਗੇ, ਤੂੰ ਫਰਕ ਕਰਦੀ ਆ, ਵੱਡਿਆਂ ਨਾਲ ਤੁਸੀਂ ਜ਼ਿਆਦਾ ਕਰਦੇ ਸਾਡਾ ਘੱਟ ਕਰਦੇ ਆ, ਅਤੇ ਰਹੀ ਗੱਲ ਮੇਰੀ ਸਮਾਈ ਦੀ, ਉਹ ਵੀ ਤੁਸੀਂ ਕਿਹੜਾ ਰੁਪਈਆ ਮੇਰੇ ਹੱਥ 'ਚ ਆਉਣ ਦਿੰਦੇ ਆ, ਉਹ ਤੁਸੀਂ ਪਹਿਲਾਂ ਹੀ ਪੋਚ ਲੈਂਦੇ ਆ, ਮੈਂ ਕੱਪੜੇ ਸੀਂਦੇ ਰਹਿ ਜਾਂਦੀ ਹਾਂ, ਅਤੇ ਪੈਸੇ ਲੈ ਕੇ ਤੁਸੀਂ ਆਪਣੀਆਂ ਜੇਬਾਂ 'ਚ ਪਾ ਲੈਂਦੇ ਆ, ਅਤੇ ਕਹਿੰਦੇ ਨੇ ਘਰ ਦਾ ਝੱਟ ਨਹੀਂ ਲੰਘਦਾ। ਨਹੀਂ ਮੇਰੀ ਗੱਲ ਸੁਣਾ ਜੇ, ਰੱਖ ਧਿਆਨ ਦੇ ਨਾਲ ਕੰਨ ਖੋਲ੍ਹ ਕੇ, ਵੱਡਿਆਂ ਨੂੰ ਮੈਂ ਕਿਹੜੇ ਮਹਿਲ ਛੱਤ ਦਿੱਤੇ ਆ, ਅਤੇ ਤੇਰੇ ਰਹਿ ਗਏ ਆ। ਸਭ ਕੁਛ ਹੀ ਦਿੱਤਾ ਉਹਦੇ, ਚਲੋ ਵੇਖ ਲਓ, ਵੱਡਾ ਕੰਮ ਕਰਦਾ ਵੱਡਾ ਕੰਮ ਕਰਦਾ, ਸ਼ੇਰਾ ਕੰਮ ਨਹੀਂ ਕਰਦਾ ਸ਼ੇਰਾ ਕੰਮ ਨਹੀਂ ਕਰਦਾ, ਕੀ ਗੱਲ, ਕਿਉਂ ਨਹੀਂ ਸ਼ੇਰਾ ਕੰਮ ਕਰਦਾ? ਨਹੀਂ ਜਿਹੜਾ ਕਰਦਾ ਉਹਦਾ ਹੀ ਨਾਂ ਲੈਣਾ, ਉਹ ਸਾਰਾ ਦਿਨ ਰਹਿੰਦਾ ਗੁਆਰਾ ਕਰਦੀ, ਤੇ ਉਹਦਾ ਮੈਂ ਨਾਂ ਕਿੱਦਾਂ ਲਵਾਂ? ਤੇ ਫਿਰ ਉਹਨੂੰ ਕਿਹਾ, ਉਹਨੂੰ ਵੀ ਕਿਤੇ ਨੌਕਰੀ ਦਾ ਲਾ ਛੱਡ ਦੇ, ਮੈਨੂੰ ਕੀ ਪਤਾ, ਜਿੱਦਾਂ ਦਾ ਪਹਿਲਾਂ ਗੁਆਰਾ ਹੁੰਦਾ ਸੀ ਉਦਾਂ ਦਾ ਹੀ ਉਹ ਹੋਣੇ ਆ। ਨੌਕਰੀ ਤੇ ਉਹਨੂੰ ਮੈਂ ਲਵਾਉਣਾ, ਜਿਹੜਾ ਸਾਡੇ ਹੱਥ 'ਚ ਕੰਮ ਹੀ ਅਸੀਂ ਕਰ ਦਿੱਤਾ ਵਾ, ਅੱਗੋਂ ਹੁਣ ਉਹਦਾ ਕੰਮ ਵਾ ਕੰਮ ਕਰਨਾ। ਜੇ ਉਹ ਕਿਤੇ ਫਾਰਮ ਭਰ ਜਾਂਦਾ, ਜੇ ਕਿਤੇ ਮਾੜੇ ਮੋਟੇ ਪੈਸੇ ਦੇਣੇ ਪੈਂਦੇ, ਔਰ ਤੁਸੀਂ ਪਹਿਲੇ ਬਾਵਾਂ ਖੜੀਆਂ ਕਰਦੇ ਨੇ, ਅਸੀਂ ਪੈਸੇ ਨਹੀਂ ਦੇਣੇ, ਅਸੀਂ ਪੈਸੇ ਨਹੀਂ ਦੇਣੇ, ਕੀ ਗੱਲ, ਸਾਡਾ ਕੋਈ ਹਿੱਸਾ ਹਿੱਸਾ ਨਹੀਂ ਬਣਦਾ ਘਰ ਵਿੱਚ? ਨਹੀਂ ਭੈਣੇ, ਸਾਡੇ ਕੋਲ ਨਹੀਂ ਉਹ ਪੈਸੇ ਦਿੱਤੇ ਜਾਂਦੇ, ਅਤੇ ਨਾ ਹੀ ਦਿੰਦੇ ਹੁੰਦੇ ਆ, ਅਸੀਂ ਤਾਂ ਨਹੀਂ ਉਹ ਪੈਸੇ ਖਰਚਦੇ ਹੁੰਦੇ, ਤੈਨੂੰ ਮੈਂ ਗੱਲ ਦੱਸਾਂ, ਠੀਕ ਹੈ ਮੈਡਮ, ਅਤੇ ਤੇਰੀ ਮਰਜ਼ੀ ਨਹੀਂ ਹੋਏ ਘਰ ਦੇ ਵਿੱਚ ਚੱਲਣੀ, ਜਿੰਨਾ ਚਿਰ ਮੇਰੀ ਚੱਲਦੀ ਆ। ਪੈਸੇ ਦੇ ਵਿੱਚ ਕੁੰਡਲੀ ਮਾਰ ਕੇ ਬੈਠੇ ਰਹੋ ਸੱਪ ਅੰਗੋ, ਅੱਛਾ ਚੱਲਣੀ ਨਹੀਂ ਗੀ, ਨਾ ਕਿਸੇ ਨੂੰ ਕਿਸੇ ਪਾਸੇ ਲੱਗਣ ਦੇਣਾ, ਨਾ ਕਿਸੇ ਨੂੰ ਕੋਈ ਦੁੱਖੀ ਚਾਰ ਦੇਣੀ ਆ, ਵੀ ਕੰਮ ਕਹਿਣਾ ਕਰੀ ਜਾਓ, ਸਾਰੀ ਦਿਹਾੜੀ ਮਰੀ ਜਾਓ, ਕੱਪੜਾ ਲੀੜਾ ਲੈਣ ਨੂੰ ਕਹਿਣਾ ਮੈਂ ਹੀ ਆ ਪ੍ਰਧਾਨ। ਦੁੱਖੀ ਤੈਨੂੰ ਦਵਾਂ ਤਾਂ ਤੂੰ ਤਾਂ ਤਕਾਲਾਂ ਨੂੰ ਦੁੱਖੀਆਂ ਸਾਰੀਆਂ ਬੰਨੇ ਲਾ ਕੇ ਆ ਜਾਣਾ ਵਾ, ਘਰਾਂ ਦੇ ਪਤਾ ਖਰਚੇ ਕਿੰਨੇ ਆ, ਮਹਾ ਮਹਾ ਕਿਤੇ ਘਰ ਦਾ ਕੰਮ ਚਲਾਇਆ ਜਾਂਦਾ, ਕਿਤੇ ਹੱਥ ਤੋਂ ਘੁੱਟ ਗਏ ਤੇ ਫੇਰ ਕਿਤੇ, ਤੂੰ ਦਿਆਨੀ ਆ ਵੀ ਨੋਟ ਫੜਾਈ ਜਾਓ ਤੇ ਮੈਂ ਡਾਈ ਜਾਵਾਂ, ਉਹ ਕੰਮ ਨਹੀਂ ਗਏ ਹੋਣੇ, ਕਿੱਡੀ ਚਲਾਕ ਬਣਦੀ ਆ, ਮੈਨੂੰ ਦੇ ਦਿਓ ਪੈਸੇ ਮੈਂ ਆਪਣੇ ਸੂਟ ਖਰੀਦ ਲਿਆ ਵਾ, ਦੱਸ ਉਹ ਮਾੜੀ ਆ ਵਿਚਾਰੀ? ਵੇਖ ਕਿੱਡੀ ਚਲਾਕ, ਮੈਨੂੰ ਤਾਂ ਐਵੇਂ ਜਿੱਦਾਂ ਸ਼ਦੈਣ ਹੀ ਸਮਝਦੀ ਆ, ਸਮਝ ਹੀ ਨਹੀਂ ਲੱਗਦੀ, ਅਸੀਂ ਨਹੀਂ ਲੱਗਦੇ ਆਖੇ, ਕਿੱਦਾਂ ਲੀੜਿਆਂ ਨੂੰ ਡਈ ਮੰਮੀ ਨੂੰ ਸੁਣਾ ਦੇਣ, ਮੈਂ ਆਪਣੀ ਪਸੰਦ ਦੇ ਲਿਆਉਣੇ ਆ, ਤੇ ਜੇ ਕਿਤੇ ਇਹਨੇ ਆਪਣੀ ਪਸੰਦ ਦੇ ਲਿਆਉਂਦੇ ਨਾ,
ਤੇ ਐਰਕਾ ਮੈਂ ਵੀ ਆਪਣੀ ਪਸੰਦ ਦੇ ਲਿਆਉਂਗੀ। ਕਹਿੰਦੀ ਉਹ ਮਾੜਾ ਜਿਹਾ ਸਮਾਨ ਹੀ ਲੈਂਦਾ ਸੀ ਤੇ ਇਹਨੇ ਮੰਮੀ ਨੇ ਕਿੰਨੀ ਵਧਾ ਚੜਾ ਕੇ ਗੱਲ ਦੱਸੀ, ਮੰਮੀ ਨੇ ਕਿੰਨੀਆਂ ਮੈਨੂੰ ਗੱਲਾਂ ਕੀਤੀਆਂ। ਜੇ ਹੁਣ ਇਹਨੇ ਇਸ ਘਰ ਦੇ ਵਿੱਚ ਮਨ ਮਰਜ਼ੀ ਕੀਤੀ ਨਾ ਤੇ ਮਨ ਮਰਜ਼ੀ ਫਿਰ ਮੈਂ ਵੀ ਇਹਨੂੰ ਕਰਕੇ ਦੱਸੂਗੀ। ਇਹ ਚੰਗੇ ਭਲਿਆਂ ਨੂੰ ਟਿਕਣ ਹੀ ਨਹੀਂ ਦਿੰਦੀ, ਕਿੱਡੀਆਂ ਚਲਾਕੀਆਂ ਕਰਦੀ ਆ। ਇਹਨੇ ਜੇ ਚਾਰਜ ਮਾਤਾ ਵੱਧ ਕਰਨੀਆਂ ਤੇ ਅਸੀਂ ਛਦਾਈ ਆ, ਸਾਰਾ ਦਿਨ ਟੁੱਟ ਟੁੱਟ ਕੇ ਮਰਦਾ ਰਹਿੰਦਾ, ਆਪ ਦੋਵੇਂ ਜੀ ਵਿਹਲੇ ਘਰ, ਇਹੋ ਜਿਹੀ ਮੈਂ ਮਸ਼ੀਨ ਤੇ ਬਹਿੰਦੀ ਹਾਂ। ਇਹਨੂੰ ਬੰਦਾ ਪੁੱਛੇ ਵੀ ਤੂੰ ਮਸ਼ੀਨ ਤੇ ਬਹਿੰਦੀ ਆ ਤੇ ਰੋਟੀ ਪਾਣੀ ਨੀ ਨਾ ਕਰਦੀ, ਤੂੰ ਇੱਕ ਦਿਨ ਰੋਟੀ ਪਾਣੀ ਕਰਕੇ ਤੇ ਮਸ਼ੀਨ ਤੇ ਬਹੁ, ਜਿਹੜੇ ਤੂੰ ਤਿੰਨ ਤਿੰਨ ਸੂਟ ਕੱਢਦੀ ਆ ਨਾ ਸੀਨ ਲਈ, ਤੂੰ ਇੱਕ ਵੀ ਸੀ ਕੇ ਮੈਨੂੰ ਦੱਸ ਦੇ ਤੇ ਫੇਰ ਆਖੀ। ਇੰਨੇ ਚੌਣੇ ਦੀਆਂ ਰੋਟੀਆਂ ਨੇ ਪੱਕਦੀਆਂ, ਪੰਜੀ ਛਾਈ ਥਾਈ ਰੋਟੀਆਂ ਪਕਾਉਣੀਆਂ, ਨਿਆਣਾ ਇਹਦਾ ਲਾਗੋ ਮੈਂ ਸਾਂਭਾ, ਇਹ ਫਿਰ ਵੀ ਵੱਡੀ ਲੱਗੀ ਚੜਾਪੀਆਂ ਕਰਨ, ਇੱਦਾਂ ਨੀ ਮੈਨੂੰ ਰਹਿਣ ਦਿੰਦੀ। ਇਹਨੂੰ ਮੈਂ ਦੱਸੂ ਪਤਾ ਇਹ ਸਿਧਰਿਆਂ ਨੂੰ ਜੀਣ ਹੀ ਨੀ ਦਿੰਦੀ ਕਿਤੇ। ਆਈ ਉੱਧਰੋਂ ਖੂੰ ਖੂੰ ਕਰਦੀ, ਸੁਨਾਹ ਦੇ ਦਿੰਦੀ, ਦੀਦੀ ਨਿੰਬੂ ਪਾਣੀ ਬਣਾ ਦੇ, ਕਾਹਲੀ ਪੈਂਦੀ, ਚਾਹ ਨਾ ਬਣਾਇਓ। ਦਿੰਦੀ ਮੈਂ ਨਿੰਬੂ ਪਾਣੀ ਬਣਾ, ਆਹ ਪਿਆ ਨਿੰਬੂ ਪਾਣੀ ਬਣਾਉਂਦੀ ਰਹੇ ਆਪੇ।